ਰੂਪਨਗਰ ਦੇ ਨਜ਼ਦੀਕ ਪਿੰਡ ਮਾਜਰੀ ਠੇਕੇਦਾਰਾਂ ਦੇ ਨਜ਼ਦੀਕ SYL ਨਹਿਰ ਵਿੱਚ ਇੱਕ ਟਰੈਕਟਰ ਟਰਾਲੀ ਗਿਰਨ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ 4 ਵਿਅਕਤ�ी ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ MABW ਭੱਠੇ ਤੇ ਭਗਤ ਰਵਿਦਾਸ ਜੀ ਦਾ ਜਨਮ ਦਿਨ ਮਨਾ ਕੇ ਪ੍ਰਵਾਸੀ ਮਜ਼ਦੂਰ ਟੈਂਟ ਦਾ ਸਮਾਨ ਵਾਪਸ ਕਰਨ ਲਈ ਜਾ ਰਹੇ ਸਨ। ਜਦੋਂ ਉਹ SYL ਨਹਿਰ ਤੇ ਪੁੱਜੇ ਤਾਂ ਟਰੈਕਟਰ ਟਰਾਲੀ ਨਹਿਰ ਵਿੱਚ ਡਿੱਗ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਥਾਂ ਤੇ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਰੋਕ ਲਗਾਈ ਜਾਵੇ। ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਲਾਗੇ ਮੇਰਾ ਪਿੰਡ ਹੈ, ਮੇਰੀ ਵਾਈਫ ਸਰਪੰਚ ਹੈ ਜੀ। ਕੱਲ੍ਹ 7:30 ਵਜੇ ਨਾ ਆਪਣਾ ਭੱਠੇ ਪਰ ਦੇ ਟਰੈਕਟਰ ਲੈ ਕੇ ਆ ਰਹੇ ਸੀਗੇ ਅਤੇ ਗੁਰਪੁਰਬ ਸੀਗਾ, ਕੱਲ੍ਹ ਹੀ ਗੁਰਪੁਰਬ ਕਰਕੇ ਉਹਨਾਂ ਨੇ ਆਪਣਾ ਇੱਥੇ ਸਮਾਨ ਛੱਡਣ ਜਾ ਰਹੇ ਸੀਗੇ ਟੈਂਟ ਦਾ, ਰਾਤ ਨੂੰ 7:30 ਵਜੇ ਅਨਵੈਲਸ ਹੋ ਗਿਆ ਉੱਥੇ ਤੇ ਟਰੈਕਟਰ ਇਹਨਾਂ ਦਾ 7:30 ਵਜੇ ਜੀ, ਅਤੇ ਟੋਏ ਮਾਂ ਅਨਵੈਲਸ ਹੋ ਕੇ ਟਰੈਕਟਰ ਸਿੱਧਾ ਅੰਦਰ ਚਲੇ ਗਏ, ਨਹਿਰ ਵਿੱਚ ਚਲੇ ਗਏ। ਅਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਬੰਦੇ ਦੀ ਡੈਥ ਹੋ ਗਈ, ਬਾਕੀ ਕਿਸੇ ਦੀ ਲੱਤ 'ਤੇ ਫ੍ਰੈਕਚਰ ਹੋ ਗਿਆ, ਕਿਸੇ ਦਾ ਲੱਕ, ਕਿਸੇ ਦਾ ਮੂੰਹ, ਯਾਨੀ ਕਿ 4-5 ਬੰਦੇ ਸੀਗੇ ਇਹ। ਇਹ ਜੀ ਪਹਿਲਾਂ ਵੀ 2-3 ਹਾਦਸੇ ਵੇਲੇ ਪਹਿਲਾਂ ਵੀ ਅਸੀਂ ਸਰਕਾਰ ਨੂੰ ਇਹੀ ਲਾਇਆ ਵੀ ਲਾਗ ਨਾ ਨਹਿਰ ਰੇਲਿੰਗ ਲੱਗਣੀ ਚਾਹੀਦੀ ਹੈ, ਵਾਰ ਵਾਰ ਹਾਦਸੇ ਹੋ ਰਹੇ। ਅਤੇ ਹੁਣ 2-3 ਮਹੀਨੇ ਪਹਿਲਾਂ ਵੀ ਇੱਥੇ ਗੱਡੀ ਵਿੱਚ ਉਹੀ ਜਗ੍ਹਾ 'ਤੇ, ਸੇਮ ਉਹੀ ਜਗ੍ਹਾ 'ਤੇ ਗੱਡੀ ਗਿਰ ਗਈ ਜੋਰੇ, ਮੈਰਿਜ 'ਤੇ ਜਾ ਰਹੇ ਸੀਗੇ ਬੰਦੇ, ਬੱਚੇ ਨਾਲ ਸੀਗੇ ਉਹਨਾਂ ਦੇ। ਉਸ ਤੋਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਗੱਡੀ ਗਿਰ ਗਈ, ਇਹਦੇ ਵਿੱਚ ਇੱਕ ਮੋਟਰਸਾਈਕਲ ਵਾਲਾ ਵਿੱਚ ਗਿਰ ਗਿਆ। ਇੱਦਾਂ ਵੀ ਲਾਗ ਜਿੰਨੇ ਵੀ ਹਾਈਵੇ ਰੋਡ ਆ, ਮੇਨ ਰੋਡ ਆ ਜੀ ਇਹ ਪਿੰਡਾਂ ਦੇ, ਅਤੇ ਇਹਦੇ ਵਿੱਚ ਲਾਗ ਸਾਰੀ ਰੇਲਿੰਗ ਲੱਗਣੀ ਚਾਹੀਦੀ। ਸਰਕਾਰ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ, ਪਲੀਜ਼ ਇਹੋ ਜਿਹੇ ਹਾਦਸੇ ਨਾ ਦੁਬਾਰੇ ਹੋਵੇ, ਇਹ ਰੇਲਿੰਗ ਲੱਗਣੀ ਚਾਹੀਦੀ ਹੈ। ਰੂਪਨਗਰ ਦੇ ਨਜ਼ਦੀਕ ਪਿੰਡ ਮਾਜਰੀ ਠੇਕੇਦਾਰਾਂ ਦੇ ਨਜ਼ਦੀਕ